पंजाब में लंबे समय से टैक्सी चालक पिक एंड ड्रॉप बंद करवाने और टैक्सी भाड़े में बढ़ोतरी करने की मांग कर रहे हैं। उनकी मांगें पूरी नहीं होने पर आज टैक्सी यूनियन ने डिप्टी कमिश्नर और एसएसपी कार्यालय के बाहर धरना दिया। उन्होंने पंजाब सरकार के नाम डिप्टी कमिश्नर मोगा को मांग पत्र भी दिया है। वहीं टैक्सी यूनियन वालों ने मांग की है कि उनका कारोबार पिक एंड ड्रॉप के कारण ठप हो रहा है। पिक एंड ड्रॉप करने वाले दूसरे जिलों में आकर वहां से सवारियों को रास्ते से सस्ते रेट पर ले जा रहे हैं। उन्होंने कहा कि 2015 के ट्रांसपोर्ट एक्ट में तब्दीली होनी चाहिए और हमारे भाड़े के रेट में भी बढ़ोतरी होनी चाहिए। ਅਸੀਂ ਤੁਹਾਡਾ ਬਾਈ ਜੀ ਬਹੁਤ ਦਿਲ ਦੀਆਂ ਕਰ ਰਹੀਆਂ ਤੋਂ ਮੋਗਾ ਟੈਕਸੀ ਯੂਨੀਅਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ। ਜਿਹੜਾ ਸਾਡਾ ਮੁੱਦਾ ਹੈਗਾ ਪਿਕ ਡ੍ਰੌਪ ਸੰਬੰਧੀ, ਜਿਹੜਾ ਪਿਕ ਡ੍ਰੌਪ ਦਾ ਧੰਦਾ ਜਿਹੜਾ ਜੀ ਸਾਡੇ ਧੰਦੇ ਨੂੰ ਜਿਵੇਂ ਕਹਿ ਲਓ ਵੀ ਇੱਕ ਜੋਕ ਦੀ ਤਰ੍ਹਾਂ ਚਿੰਬੜ ਚੁੱਕਾ ਤੇ ਖੋਰਾ ਲਾ ਰਿਹਾ। ਅਸੀਂ ਉਸ ਪਿਕ ਡ੍ਰੌਪ ਨੂੰ ਬੰਦ ਕਰਾਉਣ ਸੰਬੰਧ ਦੇ ਵਿੱਚ ਅੱਜ ਅਸੀਂ ਇਕੱਤਰ ਹੋਏ ਹਾਂ। ਸਾਨੂੰ 2 ਮਹੀਨੇ ਹੋ ਗਏ ਆ, ਅਸੀਂ ਪ੍ਰਸ਼ਾਸਨ ਮੂਹਰੇ ਤੇ ਸਰਕਾਰਾਂ ਮੂਹਰੇ ਵਾਰ ਵਾਰ ਹੱਥ ਜੋੜਦੇ ਹਾਂ ਵੀ ਸਾਡਾ ਸਾਥ ਦਿਓ। ਇਹ ਸਰ ਅਸੀਂ ਪਿਛਲੇ 3 ਮਹੀਨਿਆਂ ਤੋਂ ਆਪਦਾ ਪ੍ਰਸ਼ਾਸਨ ਨੂੰ ਦੱਸ ਰਹੇ ਹਾਂ ਕਿ ਸਾਡੀਆਂ ਮਜਬੂਰੀਆਂ ਵਾ, ਜਿਹੜੇ ਘੱਟ ਰੇਟਾਂ ਤੇ ਆ ਕੇ ਸਾਡੇ ਬਾਹਰਲੇ ਜ਼ਿਲ੍ਹਿਆਂ ਤੋਂ ਗੱਡੀਆਂ ਆਉਂਦੀਆਂ ਤੇ ਇੱਥੇ ਮੋਗੇ ਤੋਂ ਸਵਾਰੀ ਲੈ ਕੇ ਚਲੀਆਂ ਜਾਂਦੀਆਂ, ਉਹਨਾਂ ਦੇ ਪ੍ਰਤੀ ਜਿਹੜਾ ਸਾਡਾ ਜਿਹੜਾ ਟੈਕਸੀ ਧੰਦਾ ਬਿਲਕੁਲ ਖਤਮ ਹੋ ਰਿਹਾ ਜੀ। ਉਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ, ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਇੱਥੋਂ ਦੇ ਲੋਕਲ MLA ਸਾਹਿਬਾਂ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ।